ਫਰ ਪੰਚਕਲਾ ਦੇ ਸੈਕਟਰ 9 ਤੋਂ ਸਾਹਮਣੇ ਆ ਰਹੀ ਹੈ ਜਿੱਥੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਕਲੱਬਾਂ ਵਿੱਚ ਚੱਲ ਰਹੀਆਂ ਹੁੱਕਾ ਪਾਰਟੀਆਂ ਤੇ ਹੋਰ ਪਾਰਟੀਆਂ ਲੈ ਕੇ ਪੰਚਕਲਾ ਪੁਲਿਸ ਦੇ ਵੱਲੋਂ ਸਖਤੀ ਦਿਖਾਈ ਦਿੱਤੀ ਗਈ ਹੈ ਅੱਸੀ ਕੇ ਪੰਚਕਲਾ ਪੁਲਿਸ ਨੇ ਪੰਚਕਲਾ ਦੇ ਕਲੱਬਾਂ ਦੇ ਵਿੱਚ ਰੇਡ ਕੀਤੀ ਹੈ ਵੱਖ-ਵੱਖਰੇ ਕਲੱਬਾਂ ਦੇ ਵਿੱਚ ਰੇਡ ਕੀਤੀ ਗਈ ਜਿਸ ਦੌਰਾਨ ਕਈ ਕਲੱਬਾਂ ਦੇ ਉੱਤੇ ਜਿਹੜਾ ਐਕਸ਼ਨ ਵੀ ਲਿਆ ਗਿਆ ਕਿਉਂਕਿ ਕਲੱਬਾਂ ਦੇ ਵਿੱਚੋਂ ਗੈਰਕਾਨੂੰਨੀ ਤਰੀਕੇ ਨਾਲ ਵਰਤੇ ਜਾਂਦੇ ਹੁੱਕਾਜ਼ ਨੇ ਜਿਹੜੇ ਜਾਂ ਕਹਿ ਲਈਏ ਕਿ ਕਲੱਬਾਂ ਨੂੰ ਹੁੱਕਾ 바ਰ ਦੇ ਤੌਰ ਤੇ ਚਲਾਇਆ ਜਾ ਰਿਹਾ ਸੀ ਇਲੀਗਲ ਤਰੀਕੇ ਦੇ ਨਾਲ ਉਸ ਦੇ ਉੱਤੇ ਪੰਚਕਲਾ ਪੁਲਿਸ ਨੇ ਸਖਤ ਕਾਰਵਾਈ ਕੀਤੀ ਗਈ ਹੈ ਦੱਸਿਆ ਕਿ ACP सुरेंद्र ਕੁਮਾਰ ਤੇ ਸੈਕਟਰ 10 ਦੇ ਚੌਂਕੀ ਇੰਚਾਰਜ ਜਗਦੀਸ਼ ਚੰਦ ਦੇ ਜਿਹੜੀ ਅਗਵਾਈ ਦੇ ਹੇਠੇ ਛਾਪੀ ਮਾਰੀ ਕੀਤੀ ਗਈ ਹੈ ਪੰਚਕੁਲਾ ਦੇ ਇਨਸੀਨ ਕਲੱਬ ਸੈਕਟਰ 9 ਦੇ ਵਿੱਚ ਜਿਹੜੀ ਰੇਡ ਵੱਜਦੀ ਹੈ ਜਿੱਥੋਂ ਹੁੱਕੇ ਬਰਾਮਦ ਕੀਤੇ ਗਏ ਨੇ 7 ਹੁੱਕੇ ਜਿਹੜੇ ਬਰਾਮਦ ਕੀਤੇ ਗਏ ਨੇ ਰੇਡ ਦੇ ਦੌਰਾਨ ਤੇ ਕਲੱਬ ਦੇ ਮੈਨੇਜਰ ਅਨਿਲ ਕੁਮਾਰ ਪੁੱਤਰ ਅਮਰ ਸਿੰਘ ਵਾਸੀ ਰਾਏਪੁਰ ਖੁਰਦ ਚੰਡੀਗੜ੍ਹ ਦੇ ਰਹਿਣ ਵਾਲੇ ਦੇ ਖਿਲਾਫ ਜਿਹੜਾ ਇਸ ਮਾਮਲੇ ਦੇ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਦਾਸੀਏ ਕਿ ਸੈਚਰਡੇ ਨਾਈਟ ਕਹ ਲਈ ਜਾਂ ਫਿਰ ਸ਼ਨੀਵਾਰ ਅਤੇ ਐਤਵਾਰ ਦੀ ਰਾਤ ਚੰਡੀਗੜ੍ਹ ਪੰਚਕੁਲਾ ਦੇ ਕਲੱਬਾਂ ਦੇ ਵਿੱਚ ਵੱਡੀ ਤਾਦਾਦ ਦੇ ਵਿੱਚ ਨੌਜਵਾਨ ਪਹੁੰਚਦੇ ਆ ਜਿਨ੍ਹਾਂ ਵੱਲੋਂ ਉਥੇ ਪਾਰਟੀਆਂ ਹੁੰਦੀਆਂ ਨੇ ਪਰ ਕਲੱਬਾਂ ਦੇ ਵੱਲੋਂ ਕਈ ਵਾਰ ਇਹ ਨਾ ਪਾਰਟੀਆਂ ਦੇ ਦੌਰਾਨ ਕਲੱਬਾਂ ਦੇ ਵਿੱਚ ਆ ਜਿਹੜਾ ਕਈ ਗੈਰ ਕਾਨੂੰਨੀ ਇਲੀਗਲ ਚੀਜ਼ਾਂ ਵੀ ਵਰਤੀਆਂ ਜਾਂਦੀਆਂ ਨੇ ਭਾਵੇਂ ਉਹ ਨਸ਼ੇ ਦੀ ਗੱਲ ਕਰ ਲਈਏ ਜਾਂ ਫਿਰ ਇਸ ਤਰ੍ਹਾਂ ਹੁੱਕਸ ਕਿਉਂਕਿ ਹੁੱਕਿਆਂ ਦੇ ਉੱਤੇ ਪਾਬੰਦੀ ਲਗਾਈ ਗਈ ਹੈ ਉਸ ਨੂੰ ਉਸ ਦੇ باوجود ਵੀ ਜਿਹੜਾ ਆ ਲਗਾਤਾਰ ਪੱਬਾਂ ਕਲੱਬਾਂ ਦੇ ਵਿੱਚ ਹੁੱਕਿਆਂ ਦੀ ਵਰਤੋਂ ਹੁੰਦੀ ਹੈ ਜਿਸ ਨੂੰ ਲੈ ਕੇ ਕੌਲਸ ਪ੍ਰਸ਼ਾਸਨ ਸਖਤ ਰੂਪ ਦੇ ਵਿੱਚ ਨਜ਼ਰ ਵੀ ਆਉਂਦਾ ਹੈ ਰੇਡਸ ਕੀਤੀਆਂ ਜਾਂਦੀਆਂ ਨੇ ਸਮੇਂ-ਸਮੇਂ ਤੇ ਜਦੋਂ ਕੋਈ ਜਾਣਕਾਰੀ ਹੁੰਦੀ ਹੈ ਉਸ ਸਮੇਂ ਵੀ ਰੇਡ ਕੀਤੀ ਜਾਂਦੀ ਹੈ ਜਾਂ ਸਮੇਂ-ਸਮੇਂ ਤੇ ਜਿਹੜੀ ਰੇਡ ਕੀਤੀ ਜਾਂਦੀ ਹੈ ਉਸ ਤਰ੍ਹਾਂ ਨਾ ਅਜਿਹੇ ਕਾਰਨਾਮੇ ਜਦੋਂ ਸਾਹਮਣੇ ਆਉਂਦੀਆਂ ਨੇ ਤਾਂ ਪੁਲਿਸ ਵੱਲੋਂ ਸਖਤ ਕਾਰਵਾਈ ਵੀ ਅਮਲ 'ਚ ਲਿਆਂਦੀ ਜਾਂਦੀ ਹੈ ਅਜਿਹੀ ਕੁਝ ਦੇਖਣ ਨੂੰ ਮਿਲਿਆ ਹੈ ਪੰਚਕੁਲਾ ਦੇ ਅਨਸੀਨ ਕਲੱਬ ਦੇ ਵਿੱਚ ਸੈਕਟਰ 9 ਦੀ ਇਹ ਮਾਮਲਾ ਜਿਹੜਾ ਦੱਸਿਆ ਜਾ ਰਿਹਾ ਜਿੱਥੇ ਪੁਲਿਸ ਨੇ ਰੇਡ ਕੀਤੀ ਚੌਂਕੀ ਇੰਚਾਰਜ ਤੇ ACP ਦੇ ਅਗਵਾਈ ਹੇਠ ਜਿਹੜੀ ਰੇਡ ਹੁੰਦੀ ਹੈ ਜਿਸ ਤਰ੍ਹਾਂ ਕਲੱਬ ਦੇ ਵਿੱਚੋਂ ਤਕਰੀਬਨ 7 ਹੁੱਕੇ ਨੇ ਜਿਹੜੇ ਉਹ ਬਰਾਮਦ ਕੀਤੇ ਗਏ ਨੇ ਉਸ ਤੋਂ ਬਾਅਦ ਕਲੱਬ ਦੇ ਮੈਨੇਜਰ ਦੇ ਉੱਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਕਈ ਹੋਰ ਕਲੱਬਾਂ ਦੇ ਵਿੱਚ ਰੇਡ ਕੀਤੀ ਗਈ ਆ ਵੱਡੀ ਤਾਦਾਦ ਦੇ ਵਿੱਚ ਨੌਜਵਾਨ ਮੁੰਡੇ ਕੁੜੀਆਂ ਜਿਹੜੇ ਸੈਚਰਡੇ ਅਤੇ ਸੰਡੇ ਦੀ ਨਾਈਟ ਨੂੰ ਜਿਹੜੇ ਕਲੱਬਾਂ ਦੇ ਵਿੱਚ ਸ਼ਮੂਲੀਅਤ ਕਰਦੇ ਨੇ ਤਾਂ ਉੱਥੇ ਕਲੱਬ ਵਾਲਿਆਂ ਦੇ ਵੱਲੋਂ ਵੀ ਇਹ ਕਹਿ ਲਿਆ ਕਿ ਇਹ ਚੀਜ਼ਾਂ ਜਿਹੜੀਆਂ ਇਲੀਗਲ ਚੀਜ਼ਾਂ ਹੁੰਦੀਆਂ ਨੇ ਉਹ ਵੀ ਮਹੀਆ ਕਰਵਾ ਦਿੱਤੀਆਂ ਜਾਂਦੀਆਂ ਨੇ ਜਿਸ ਨੂੰ ਲੈ ਕੇ ਪੁਲਿਸ ਦਾ ਸਖਤ ਖੁਦ ਸਖਤ ਰੋਖਾ ਜਿਹੜਾ ਉਹ ਦੇਖਣ ਨੂੰ ਮਿਲਦਾ ਹੈ ਇਹ ਜਿਹੜੀਆਂ ਤਸਵੀਰਾਂ ਨੇ ਦੱਸਦੀ ਹੈ ਕਿ ਸੈਕਟਰ 9 ਪਿੰਕੂਲਾ ਦੇ ਕਲੱਬ ਇਨਸੇਨ ਦੀਆਂ ਨੇ ਜਿੱਥੇ ਮਾਮਲਾ ਦਰਜ ਕਰ ਲਿਆ ਗਿਆ ਹੈ ਤਾਂ ਦੂਸਰੇ ਪਾਸੇ ਦੱਸਿਆ ਕਿ ਇਸ ਪੂਰੇ ਛਾਪੇ ਮਾਰੀ ਨੂੰ ਲੈ ਕੇ ACP सुरेंद्र ਕੁਮਾਰ ਉਹਨਾਂ ਨੇ ਸਾਰੀ ਜਾਣਕਾਰੀ ਵੀ ਸਾਂਝੀ ਕੀਤੀ ਹੈ ਕਿਵੇਂ ਕਾਰਵਾਈ ਅਮਲਤ ਲਿਆਂਦੀ ਗਈ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕਿਹੜੀ ਕਾਰਵਾਈ ਅਮਲਚ ਲਿਆਂਦੀ ਜਾਵੇਗੀ ਤੇ ਕਿਵੇਂ ਇਹਨਾਂ ਚੀਜ਼ਾਂ ਨੂੰ ਇਹਨਾਂ ਗੈਰਕਾਨੂੰਨੀ ਤਰੀਕਿਆਂ ਨੂੰ ਜਿਹੜੀ ਠੱਲ ਪਾਈ ਜਾਵੇਗੀ ਆਓ ਸੁਣਦੇ ਆਪਾਂ ਏਸੀਪੀ सुरेंद्र ਕੁਮਾਰ ਉਹਨਾਂ ਦਾ ਕੀ ਕੁਝ ਕਹਿਣਾ ਸੀ ਗ੍ਰੇਡ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਇਹ ਜੋ ਅੱਜ ਕੱਲੇ ਚਲੇ ਹੋਏ ਕਲਬ ਚਲੇਨ ਵਿੱਚ ਹੋਕਾ ਚਲਦਾ ਹੈ ਤਾਂ ਸਡਨਲੀ ਸਰਪ੍ਰਾਈਜ਼ ਚੈਕਿੰਗ ਚੈਕਿੰਗ ਦੌਰਾਨ ਇਸਨ ਚੋ ਨਾਮਕ ਫੁਲਾ ਕਲਬ ਇਸ ਦੇ ਅੰਦਰ ਹੋਕੇ ਯੂਜ਼ ਕਰਕੇ ਮਿਲੇ ਉਸ ਦੌਰਾਨ ਚੌਕੀ ਵਿੱਚ ਚਾਰਜ ਬੁਲਾ ਲਿਆ ਗਿਆ ਜੋ ਇਸ ਦਾ ਮੈਨੇਜਰ ਜੋ ਜੋ ਲੜਕੇ ਜੋ ਹੋਕੇ ਕੋ ਸੇਵਿਸ ਦੇ ਰਹੇ تھے और राउंड ऑफ कर ले साथ होकर मिले हैं चौकी इंचार्ज अपनी कार्रवाई कर रहा है किसी और क्लब में भी सर चेकिंग अभी सरप्राइज सर। चेकिंग का अगर अभी जाएगा तो हो सकता है हमारी इन्फॉर्मेशन पहले लीक आउट हो देखेंगे अभी तो सारी और पड़ी है सरप्राइज चेकिंग है हमारी ठीक